ਲੋਕ ਸਭਾ ਚੋਣਾਂ ਦੇ ਚੱਲਦੇ ਪੰਜਾਬ ਵਿੱਚ 7ਵੇਂ ਦੌਰ ਵਿੱਚ ਚੋਣਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਣੀ ਹੈ। ਇਸ ਦੇ ਤਹਿਤ 22 ਅਪ੍ਰੈਲ ਤੋਂ ਲੈ ਕੇ 29 ਅਪ੍ਰੈਲ ਤੱਕ ਉਮੀਦਵਾਰ ਆਪਣੇ ਕਾਗਜ਼ ਆਪਣੇ ਜ਼ਿਲ੍ਹੇ ਦੇ ਚੋਣ ਅਫਸਰ ਦੇ ਅੱਗੇ ਦਾਖਲ ਕਰਵਾਉਣਗੇ। ਜਲੰਧਰ ਜ਼ਿਲ੍ਹੇ ਵਿੱਚ ਨੋਮੀਨੇਸ਼ਨ ਦੀ ਪ੍ਰਕਿਰਿਆ ਦੇ ਲਈ ਜਲੰਧਰ ਦੇ ਮੁੱਖ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਇਸ ਦਫ਼ਤਰ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ 22 ਅਪ੍ਰੈਲ ਤੋਂ ਲੈ ਕੇ 29 ਅਪ੍ਰੈਲ ਤੱਕ ਹੋਣ ਵਾਲੀ ਇਸ ਨੋਮੀਨੇਸ਼ਨ ਪ੍ਰਕਿਰਿਆ ਦੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਉਹਨਾਂ ਅਨੁਸਾਰ ਹਰ ਉਮੀਦਵਾਰ ਇਸ ਕੰਪਲੈਕਸ ਵਿੱਚ 4 ਨੰਬਰ ਗੇਟ ਤੋਂ ਅੰਦਰ ਆ ਸਕੇਗਾ। ਉਮੀਦਵਾਰ ਦੇ ਨਾਲ ਸਿਰਫ 3 ਗੱਡੀਆਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਨੋਮੀਨੇਸ਼ਨ ਦੇ ਲਈ ਉਮੀਦਵਾਰ ਅਤੇ ਉਸ ਦੇ ਨਾਲ ਸਿਰਫ 4 ਲੋਕ ਹੀ ਚੋਣ ਅਫਸਰ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਨੋਮੀਨੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਪਾਉਣਗੇ। ਮੁੱਖ ਚੋਣ ਅਫਸਰ ਨੇ ਦੱਸਿਆ ਕਿ 22 ਅਪ੍ਰੈਲ ਤੋਂ ਲੈ ਕੇ 29 ਅਪ੍ਰੈਲ ਤੱਕ ਇਹ ਉਮੀਦਵਾਰ ਆਪਣੇ ਨੋਮੀਨੇਸ਼ਨ ਦੇ ਕਾਗਜ਼ ਦਾਖਲ ਕਰਵਾ ਸਕਦੇ ਹਨ ਅਤੇ ਇਹਨਾਂ ਦਿਨਾਂ ਦੇ ਵਿੱਚੋਂ ਸਿਰਫ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਛੁੱਟੀ ਰਹੇਗੀ। ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਕਿਸੇ ਵੀ ਤਰੀਕੇ ਦੇ ਨੋਮੀਨੇਸ਼ਨ ਪੇਪਰ ਲੈਣ ਲਈ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਉਹਨਾਂ ਦਾ ਦਫ਼ਤਰ ਅੱਜ ਅਤੇ ਕੱਲ੍ਹ 2 ਦਿਨ ਖੁੱਲ੍ਹਾ ਰਹੇਗਾ। ਉਹਨਾਂ ਅਨੁਸਾਰ ਇਹਨਾਂ ਦਿਨਾਂ ਦੌਰਾਨ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। 04 ਜਲੰਧਰ ਲੋਕ ਸਭਾ ਹਲਕੇ ਲਈ ਵੀ ਜਿਹੜੇ ਨੋਮੀਨੇਸ਼ਨ ਪੇਪਰ ਨੇ ਉਹ 22 ਤਰੀਕ ਤੋਂ ਲੈ ਕੇ 29 ਤਰੀਕ ਤੱਕ DC ਆਫਿਸ ਦੀ ਜਿਹੜੀ ਮੇਰੀ ਕੋਰਟ ਹੈਗੀ ਉਹਦੇ ਵਿੱਚ ਲਿੱਤੇ ਜਾਣਗੇ। ਇਹਦੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਜਿੰਨੇ ਵੀ 22 ਤੋਂ ਲੈ ਕੇ 29 ਤੱਕ ਵਰਕਿੰਗ ਡੇ ਆਉਣਗੇ ਸਿਰਫ 27 ਅਤੇ 28 ਸੈਟਰਡੇ ਸੰਡੇ ਨੂੰ ਛੱਡ ਕੇ ਹਰ ਰੋਜ਼ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਤੋਂ ਬਾਅਦ 3 ਵਜੇ ਤੱਕ ਨੋਮੀਨੇਸ਼ਨ ਪੇਪਰ ਮੇਰੀ ਅਦਾਲਤ ਦੇ ਵਿੱਚ ਸਵੀਕਾਰ ਕੀਤੇ ਜਾਇਆ ਕਰਨਗੇ। ਇੱਕ ਕੈਂਡੀਡੇਟ ਜਿਹੜਾ ਹੈਗਾ ਸਾਡਾ ਗੇਟ ਨੰਬਰ 4, ਹਰੇਕ ਕੈਂਡੀਡੇਟ ਨੂੰ ਸਿਰਫ ਉਸ ਪਾਸੇ ਆਉਣ ਦੀ ਇਜਾਜ਼ਤ ਹੋਊਗੀ। ਇੱਕ ਕੈਂਡੀਡੇਟ ਦੇ ਨਾਲ 3 ਵਹੀਕਲ ਐਟ ਏ ਟਾਈਮ ਅੰਦਰ ਆ ਸਕਦੇ ਨੇ ਔਰ 5 ਵਿਅਕਤੀ ਕੈਂਡੀਡੇਟ ਪਲੱਸ 4 ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਨੋਮੀਨੇਸ਼ਨ ਰੂਮ ਤੱਕ ਆਉਣ ਦੀ ਆਗਿਆ ਹੋਏਗੀ ਜਿਹੜੀ ਮੇਰੀ ਕੋਰਟ ਹੈਗੀ ਹੈ। ਔਰ ਇਸ ਸਮੇਂ ਦੌਰਾਨ ਮੈਂ ਖੁਦ ਇੱਥੇ ਬੈਠਾਂਗੇ, ਪਰ ਕਿਸੇ ਵਜ੍ਹਾ ਕਰਕੇ ਅਗਰ ਨਾ ਬੈਠਾਂ ਤਾਂ SDM 2 ਜਿਹੜੇ ਪਰਮਵੀਰ ਸਿੰਘ IAS ਨੇ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਕਿ ਉਹ ਨੋਮੀਨੇਸ਼ਨ ਪੇਪਰ ਉਸ ਸਮੇਂ ਦੇ ਦੌਰਾਨ ਲੈ ਸਕਦੇ ਆ ਮੇਰੀ ਗੈਰਹਾਜ਼ਰੀ ਦੇ ਦੌਰਾਨ। ਔਰ ਇਸ ਦੇ ਲਈ ਮੌਕੇ 'ਤੇ ਵੀ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ, ਜੇ ਕੋਈ ਚਾਹੇ ਤਾਂ ਪਹਿਲਾਂ ਟ੍ਰੈਜਰੀ ਜਾਂ ਬੈਂਕ ਦੇ ਵਿੱਚ ਵੀ ਜਿਹੜਾ ਹੈਗਾ ਚਲਾਨ ਰਾਹੀਂ ਫੀਸ ਜਮ੍ਹਾਂ ਕਰਾ ਕੇ ਆ ਸਕਦੇ ਨੇ। ਔਰ ਕੈਂਡੀਡੇਟਸ ਦੀ ਸੁਵਿਧਾ ਦੇ ਲਈ ਸਾਡਾ ਦਫ਼ਤਰ ਅੱਜ ਅਤੇ ਕੱਲ੍ਹ ਖੁੱਲ੍ਹਾ ਰਹੇਗਾ। ਨੋਮੀਨੇਸ਼ਨ ਸੈੱਟ ਅਗਰ ਕੋਈ ਕੈਂਡੀਡੇਟ ਲੈਣਾ ਚਾਹੁੰਦੇ ਆ ਤਾਂ ਇਲੈਕਸ਼ਨ ਤਹਿਸੀਲਦਾਰ ਤੋਂ ਪ੍ਰਾਪਤ ਕਰ ਸਕਦੇ ਆ। ਇਸ ਤੋਂ ਇਲਾਵਾ ਜਿਹੜੀ ਆ ਸਰਟੀਫਾਈਡ ਕਾਪੀਆਂ ਨੇ ਵੋਟਰ ਲਿਸਟਾਂ ਦੀਆਂ ਜਿਹੜੀਆਂ ਕਿ ਜ਼ਰੂਰਤ ਹੁੰਦੀ ਹੈ ਚੋਣ ਦਾ ਫੋਰਮ ਭਰਨ ਦੇ ਲਈ, ਔਰ ਜਿਹੜੇ ਸਪੋਰਟਰਸ ਨੇ ਜਿਹੜੇ ਕਿ ਪ੍ਰਪੋਜ਼ਰਸ ਨੇ ਉਹਨਾਂ ਨੂੰ ਵੀ ਲੋੜ ਹੁੰਦੀ ਹੈ, ਉਹ ਵੀ ਦੇਣ ਦੀਆਂ ਹਦਾਇਤਾਂ ਇਲੈਕਸ਼ਨ ਤਹਿਸੀਲਦਾਰ ਨੂੰ ਕਰ ਦਿੱਤੀਆਂ ਗਈਆਂ ਨੇ। ਪੂਰੇ ਪ੍ਰਬੰਧ ਮੁਕੰਮਲ ਨੇ, CP ਸਾਹਿਬ ਵੱਲੋਂ ਸੁਰੱਖਿਆ ਦਾ ਜਿਹੜਾ ਹੈਗਾ ਪੂਰਾ ਇੰਤਜ਼ਾਮ ਕਰ ਲਏ ਗਏ ਨੇ ਔਰ ਪੂਰਾ ਡੈਕੋਰਮ ਬਣਾ ਕੇ ਰੱਖਿਆ ਜਾਏਗਾ, ਸਾਰਿਆਂ ਨੂੰ ਲੈਵਲ ਪਲੇਇੰਗ ਫੀਲਡ ਜਿਹੜਾ ਹੈਗਾ ਦਿੱਤਾ ਜਾਵੇਗਾ।